ਮੈਨੂੰ ਵੀ ਉਤਰਾ ਹੋਣ ਡੇ ਸਾਰਿਆਂ ਨੂੰ ਉਤਰਾ ਹੋ ਰਿਹਾ ਸੀ ਤਾਂ ਹੁਣ ਅਸੀਂ ਢਾਬੇ ਤੋਂ ਢਾਬਾ ਖਾਓ ਕੁੱਤਾ ਪੈ ਲਗਾ ਸਿੱਧੂ ਅੰਦਰ ਵੇ ਹਾਂਜੀ ਬਹਿ ਲੱਗੇ ਹਾਂ ਤੇ ਉਧਰ ਵੇਖੋ ਗੱਡੀ ਪਿੱਛੇ ਵੇਖੋ ਕਿੱਦਾਂ ਹੋਈ ਦੀ ਮੈਨੂੰ ਪਿੱਛੇ ਹੀ ਸੁੱਟਦੇ ਆ ਅਸੀਂ ਸਵੇਰ ਤੇ ਤੁਰੇ ਪਰ ਇਹ ਕਿ ਮੈਨੇ ਇੱਦਾਂ ਕਿੰਨੇ ਵਜੇ ਤੁਰੇ ਸੀ 6-7 ਵਜੇ ਤੇ ਦਿਲ ਨਹੀਂ ਉਦੋਂ ਨਹੀਂ ਮਤਲਬ ਚੇਤਾ ਨਹੀਂ ਆਇਆ ਵਲੋਗ ਕਰਨ ਦਾ ਤੇ ਹੁਣ ਅਸੀਂ ਰਾਹ ਚ ਰੁਕੇ ਹਾਂ ਖਜ਼ਾਨਾ ਖਜ਼ਾਨਾ ਕਿੱਥੇ ਪਿਆ ਭੇਜ ਦੇ ਦਿੱਤੀ ਭਰਾ ਵਟਸਐਪ ਚੈੱਕ ਤੇ ਕਰ ਲਾ ਓਏ ਖਜ਼ਾਨਾ ਪਿੱਛੇ ਥੋੜਾ ਹੈਗਾ ਅੱਜ ਸਾਡਾ ਕੀਰਤਨ ਇਸ ਕਰਕੇ ਅਸੀਂ ਜਾਂਦੇ ਪਏ ਆ ਪਹਿਲਾਂ ਹੈਗਾ ਆ ਬਾਬਾ ਜੀ ਦੇ ਘਰ ਗਗਨ ਬਾਬਾ ਜੀ ਦੇ ਘਰ ਫਿਰ ਅਸੀਂ ਜਾਣਾ ਫਿਰ ਸ਼ਾਮ ਨੂੰ ਸਾਡਾ ਹੈਗਾ ਵਾ ਇੱਧਰ ਜਾਣ ਵਾਲੇ ਪਾਸੇ ਪਤਾ ਨਹੀਂ ਕਿੱਧਰ ਹੈ ਮੈਨੂੰ ਨਹੀਂ ਪਤਾ ਇਹਨਾਂ ਨੇ ਪੁੱਛਿਆ ਜਾ ਤਾਂ ਅਸੀਂ ਜਾਂਦੇ ਪਏ ਆ ਫਿਰ ਪਜਾਮਾ ਕੁੜਤਾ ਵੇਅਰ ਕੀਤਾ ਹੈ ਤੇ ਤੁਹਾਡੇ ਸਾਹਮਣੇ ਹੁਣ ਅਸੀਂ ਕਿੱਥੇ ਆ ਗਏ ਮਲੇਰਕੋਟ ਤੇ ਅੱਜ ਸਾਡਾ ਕੀਰਤਨ ਹੈ ਨਾਲੇ ਤੁਹਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਤਾਂ ਸਾਰੇ ਆਪਣੇ ਘਰੇ ਰਹੋ ਨਾਮ ਜਪੋ ਸਿਮਰਨ ਕਰੋ ਆਤਿਸ਼ਬਾਜ਼ੀ ਚਲਾਓ ਦੀਵਾਲੀ ਦੇ ਬਹੁਤ ਚਲਾਏ ਸੀ ਹੁਣ ਵੀ ਚਲਾ ਕੇ ਵਿਖਾਓ ਸੂਰੀ ਮਰੇ ਦੀ ਚਲਾਓ ਹਾਂ ਸੂਰੀ ਮਰੇ ਦੇ ਚਲਾਓ ਮਰਜਨ ਲੱਡੂ ਵੰਡੋ ਤੁਸੀਂ ਬਹੁਤ ਵਧੀਆ ਕੰਮ ਕੀਤਾ ਜਿਹੜੇ ਵੀ ਯੋਧੇ ਨੇ ਕੀਤਾ ਬਹੁਤ ਸੋਹਣਾ ਕੀਤਾ ਕੰਮ ਤਾਂ ਇੱਦਾਂ ਹੀ ਹੋਣਾ ਚਾਹੀਦਾ ਸੀ ਤਾਂ ਬਾਕੀ ਖਾਲਸਾ ਇਹਨੂੰ ਨੀਂਦ ਆ ਰਹੀ ਹੈ ਅਤੇ ਸੁਸਤੀ ਪੈ ਰਹੀ ਹੈ ਅਤੇ ਹੁਣ ਸਾਡੇ ਇੱਕ ਹੁਣ ਕੀਰਤਨ ਆ ਭੋਗ ਅਤੇ ਉਸ ਤੋਂ ਬਾਅਦ ਫਿਰ ਰਾਤ ਦਾ ਕੀਰਤਨ ਲੁਧਿਆਣੇ 'ਚ ਤਾਂ ਫਿਰ ਰਾਤੀ 7:30 ਤੋਂ 8:30 ਵਜੇ ਤੱਕ ਕੀਰਤਨ ਆ ਲਗਜ਼ਰੀ ਕਾਰ ਅਤੇ ਬਾਕੀ ਚਲੋ ਠੀਕ ਹੈ ਓਕੇ ਅੱਜ ਮੈਂ ਵਲੋਗਿੰਗ ਕਰ ਰਹੀ ਹਾਂ ਤਾਂ ਮੈਨੂੰ ਦੱਸਿਓ ਇਹ ਹੰਨੇ ਦੀ ਵਲੋਗਿੰਗ ਵਧੀਆ ਕਿ ਮੇਰੀ ਕਿਉਂਕਿ ਹੰਨੇ ਨੇ ਸੋਚ ਸੋਚ ਕੇ ਬੋਲਣਾ ਤਾਂ ਮੇਰੇ ਮਨ 'ਚ ਜੋ ਆਉਣਾ ਮੈਂ ਉਹੀ ਬੋਲਣਾ ਠੀਕ ਹੈ ਜੀ ਤੁਸੀਂ ਫਿਰ ਦੱਸਿਓ ਹੈ ਨਾ ਸਾਰੇ ਨਾਲੇ ਹਾਂਜੀ ਹਾਂਜੀ ਅਤੇ ਬਾਕੀ ਆਪਾਂ ਪਹੁੰਚ ਗਏ ਥੋੜ੍ਹਾ ਮੰਮੀ ਹੈਲੋ ਕਰੋ ਸਾਰਿਆਂ ਨੂੰ ਅਤੇ ਤੁਸੀਂ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਵਧਾਈ ਦਿਓ ਪ੍ਰਕਾਸ਼ ਪੁਰਬ ਦੀ ਗੁਰੂ ਨਾਨਕ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਸਾਰੀ ਸੰਗਤ ਸਾਡੇ ਵੱਲੋਂ ਤੇ ਅਸੀਂ ਵੈਸੇ ਤਾਂ ਇੱਕ ਇੱਕ ਪਰੌਂਠਾ ਖਾਧਾ ਪਰ ਸਵਾਦ ਨਹੀਂ ਆਇਆ ਕਿਉਂਕਿ ਆਪਾਂ ਘਰੋਂ ਇੱਦਾਂ ਹੀ ਨਿਕਲੇ ਤੇ ਬਾਕੀ ਚਲੋ ਅਸੀਂ ਗਾਂ ਜਾ ਕੇ ਮਿਲਦੇ ਹੁਣ ਤੁਹਾਨੂੰ ਔਖੇ ਬਾਏ ਬੀਬੀ ਨੇ ਨੈਵੀਗੇਸ਼ਨ ਲਗਾਇਆ ਸੀ ਅਸੀਂ ਗਲਤ ਨਹੀਂ ਸਹੀ ਰਾਹ ਤੇ ਆਏ ਹਾਂ ਪਰ ਅੱਗੇ ਫਾਟਕ ਜਿਹਾ ਸ਼ਾਇਦ ਉੱਤੇ ਮਿੱਟੀ ਪਈ ਆ ਉਹ ਵੇਖੋ ਚਲੋ ਕੋਈ ਨੀ ਦੇਖਦੇ ਹਾਂ ਕੀ ਕਰਨਾ ਭਾਪੇ ਨੇ ਸਾਡੇ ਵੱਲ ਗੱਡੀ ਕਰ ਲਈ ਆਪਾਂ ਉਹਦੇ ਵੱਲ ਕਰ ਲਈ ਇੱਕ ਦੂਜੇ ਨਾਲ ਗੱਲਬਾਤ ਕਰਨੀ ਹੁਣ ਆਪਾਂ ਵੀ ਕਿੱਦਣ ਜਾਈ ਉਹ ਚੋਵਲ ਗਾਈਸ ਤੁਹਾਨੂੰ ਮੰਮੀ ਦੀ ਫੋਟੋ ਸ਼ੂਟ ਪਕਾਈਏ ਮੰਮੀ ਵੇਖੋ ਕਿੱਦਾਂ ਕਿੱਦਾਂ ਦੀ ਫੋਟੋਆਂ ਖਿੱਚ ਕੇ ਭੇਜਣ ਦੀ ਮੰਮੀ ਨੂੰ ਹੋਰ ਕੁਛ ਨਹੀਂ ਲੱਭਾ ਮੰਮੀ ਬਸ ਆਹ ਚੀਜ਼ ਦੀ ਫੋਟੋ ਖਿੱਚ ਕੇ ਭੇਜਣ ਜਿੱਦਣ ਨਾ ਜਾਈਏ ਉੱਧਰ ਰਾਹ ਬੰਦ ਜਿੱਦਣ ਜਾਈਏ ਰਾਹ ਬੰਦ ਮੈਂ ਇੱਥੇ ਵੀ ਰਾਹ ਬੰਦ
ਫੇ ਪਿੱਛੇ ਮੋੜ ਆ ਗਏ ਗੱਡੀ ਕੀ ਆ ਸੈਂਡ ਨਹੀਂ ਕੀਤਾ ਉਧਰ ਕੋ ਬ੍ਰੇਕ ਵੱਜੇ ਅੱਗੇ ਨੂੰ ਚਲ ਗਈ ਦੇਖੋ ਇੰਨਾ ਕੰਟਰੋਲ ਨਹੀਂ ਆਇਆ ਤੇ ਕੋ ਹੈ ਪਿੱਛੇ ਨੂੰ ਰਹਿ ਆ ਅੱਗੇ ਨੂੰ ਜਾ ਕੇ ਵੱਜੇ ਇੱਧਰ ਇਹ ਚੀਜ਼ਾਂ ਨਾ ਬੜੀਆਂ ਲੇਟ ਸੱਚੀ ਕਿੱਥੇ ਆ ਗਏ ਇੱਧਰ ਵੇਖੋ ਲੜਨ ਲੱਗ ਪਏ ਆ ਜਾ ਹੁਣ हेलो गाइज असी थाना साहब नहीं मैं आगे ते हन्ने ते होना लो के बैठे हुई भूख लगी है ते हुन आपा कुछ शक्ली सबवे डोमिनोज हर मन वॉश बहुत ज्यादा आया पे है हां जी बहुत ज्यादा बड़ी मुश्किल कंट्रोल कीता है ते असी हुन पिज़्ज़ा खावांगे देख दे नहीं पिज़्ज़ा ने मेनू जो सही लगूगा मैं पिज़्ज़ा छोड़ देता मैं नहीं खांदी आगे मम्मी ने चिट्टा सूट पाया ये है दुनिया देख लो आप रंग बिरंगी दुनिया आप देख सकते हो इधर लोटी पाई पी जानी इन्हें तो खा ले नेरी ले आ रहे कि प्रिंसिपल जी तुम ठीक लगा ते मैं इको खादा मसा इको खादा गया क्योंकि मेरी इन्नी कैपेसिटी नहीं हैगी पिज्जे की चलो गाइस आप चले हूँ अन्ने लत्ता तड़ा बो लत्ता तड़ा अपनिया ऐदा नहीं चंगी तरह हूँ असि चले हाँ जिते साढ़ा रात का दीवान असि उले हूँ बाबा जी ने पार्टी देनी सी किसी गल की तो फिर वो केंद्र आओ तुम पिज्जा छका दी है तो फिर हूँ असं पिज्जा खा लिया तो हूँ असि सारे तुर पे हाँ हूँ वेखो मैं तो पिज्जा खाती नहीं हाँ पर अज मैं इको स्लाइस खाधी बस तो हूँ आप जाके मिलते हैं जिथे जिन्होंने सानू कीर्तन नहीं बुलाया उन्होंने घर ओके बाबा जी ने चले ने बाय बाय असि अपने कीर्तन च चले हाँ जी हूँ असि बह गए गड्डी च तो हूँ असि चले जिथे कीर्तन करना आ खा पी आरबो ने अपने उधर चले गए अपने पिंड कीर्तन करके बटालियन चले जाने वापस पहला करता ही कि सरबो ना कर पर नहीं कैंसल हो गया कोई कम पै गया इस करके नहीं जाए तो फिर हम चले गए तो असं हम चाहिए पे हाँ कीर्तन करने करके रेस्ट करा इधर इधर जाना बच्चे जगह अपना रूम टूर दिखाइए हाँ जी अंदर वर्दे एक आए एक आए ये साडा रूम ते मैं उठ गए इतने खालस नंबर से इतने पे खालस ने चलिया समान लेले जी हम साडा हैगा आ 7 बजे कीर्तन तो हूँ थोड़ा कुछ थोड़ा बहुत खाना है खालसा जी
ਆਲ ਜਨੇ ਆ ਦੋਨੇ ਰੀਆਂ ਅੰਦਰ ਵੇਖੋ ਉਸ ਪਾ ਗਿਆ ਅਸੀਂ ਖਾ ਪੀ ਲਿਆ ਐਂਡ ਗੱਲ ਬਾਤ ਨਾਨ ਕੀ ਦਾ ਵੀ ਵਿੱਚ ਡੋਰ ਲੱਗ ਤਾ ਲੱਗਾ ਬਹੁਤ ਸਵਾਦ ਲੱਗਾ ਪਰ ਮੈਨੂੰ ਖਾਂਗਾਰੀ ਖਾਂਗਾ ਨਾ ਤੇ ਮਸ਼ਕ ਮੈਂ ਇੱਥੇ ਮੈਂ ਚਾਰ ਚਾਰ ਜੋ ਦੋ ਟੋਕ ਲਗਾ ਲਿਆ मैं रंगा बाद खादी तो मैं मौसा स्वाद नहीं लगे इतने मैं थोड़ा जि नहीं मैं टिणके एक होर दे दो असि हम चले कीर्तन कर इधर की है है अच्छा इतने रुके हाँ इधर सब चलो हाँ जी वाहे गुरु वाहे गुरु वाहे गुरु वाहे गुरु वाहे गुरु वाहे गुरु पूजया सिर का ਦਰਬਾਰ ਸਾਹਿਬ ਉਹਨਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨੀ ਹੈ ਇਹੋ ਹੀ ਸਮਾਂ ਹੋਵੇਗਾ ਸਵਾ ਸੱਤ ਤੋਂ ਲੈ ਕੇ 8:30 ਤੱਕ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਓ ਧਨ ਮਨ ਧਨ ਦੇ ਨਾਲ ਸੇਵਾ ਕਰਕੇ ਗੁਰੂ ਨਾਨਕ ਸਾਹਿਬ ਜੀ ਦੀਆਂ ਆਪਾਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ ਹੁਣ ਸੁੱਖ ਆਸਣਾਂ ਦੀ ਸੇਵਾ ਹੋਏਗੀ 16 ਸਾਹਿਬ ਜੀ ਦੀ ਬਾਣੀ ਦੇ ਪਾਠ ਹੋਣਗੇ ਔਰ ਉਸ ਤੋਂ ਉਪਰੰਤ ਗੁਰੂ ਮਹਾਰਾਜ ਦੇ ਪਾਵਨ ਸਰੂਪ ਨਿੱਜੀ ਅਸਥਾਨਾਂ 'ਤੇ ਜਾਣ ਤੋਂ ਬਾਅਦ ਆਪ ਸਭ ਨੂੰ ਬੇਨਤੀ ਹੈ ਕਿ ਸਭ ਨੇ ਪਿਆਰ ਨਾਲ ਗੁਰੂ ਘਰ ਲੰਗਰ ਛੱਕ ਕੇ ਵੀ ਜਾਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਥੱਕ ਗਏ ਸੀ ਇਸ ਕਰਕੇ ਸੌ ਗਏ ਅਤੇ ਹੁਣ ਅਸੀਂ ਆ ਗਏ ਹਾਂ ਜਲੰਧਰ ਅਤੇ ਵਜ਼ੀਰ ਅਤੇ ਅਸੀਂ ਸਿਮਰਨ ਦਾ ਸਿਰ ਪੀੜ ਹੁੰਦਿਆਂ ਅਤੇ ਹੁਣ ਅਸੀਂ ਖਾ ਲਏ ਮੈਕੀ ਡੀ ਬਹੁਤ ਦਿਨਾਂ ਬਾਅਦ ਮੈਕੀ ਡੀ ਖਾਣਾ ਵਾ ਅਤੇ ਉਹ ਆ ਗਿਆ ਮੈਕੀ ਡੀ ਸਿਮਰਨ ਅਤੇ ਮੈਂ ਮੈਕੀ ਡੀ ਖਾਵਾਂਗੇ ਬਾਕੀ ਕਿਸੇ ਨੇ ਨਹੀਂ ਖਾਣਾ ਪਹੁੰਚ ਰਿਹਾ ਮੈਕੀ ਬਿਲਕੁਲ ਸਾਡੇ ਸਾਹਮਣੇ ਮੈਕਡੀ ਆ ਗਿਆ ਹੁਣ ਅਸੀਂ ਆ ਗਏ ਮੈਕਡੀ ਅਤੇ ਖਾਲਸਾ ਅੰਦਰੋਂ ਲੈਣ ਗਿਆ ਏ ਅਤੇ ਅਸੀਂ ਥੱਕ ਗਏ ਸੀਗਾ ਆਪਾਂ ਗੱਡੀ 'ਤੇ ਬੈਠਣੇ ਹਾਂ ਯਾਰ ਉਹ ਜਿਹੜੇ ਹੁੰਦੇ ਨੇ ਆਈ ਗ੍ਰੰਥ ਕੱਢਣਾ ਅਤੇ ਖਾਲਸਾ ਗਿਆ ਲੈਣ ਅਤੇ ਮੈਕਡੀ ਸਮਾਨ ਆ ਗਿਆ ਅਸੀਂ ਹੁਣ ਖਾਣ ਲੱਗੇ ਹਾਂ ਚਲੋ ਖਾਈਏ ਪਹਿਲੇ ਇੱਧਰ ਆਵੇ मत देन दी मैं खा लिया करके ना ओके बाय बाय मैं अदरक खानी पी हूं चले एक चीज विखाइए खतरे झुम करिए वेखो गड्डी तो पीछे लागे करी लागे करी मेरा कुलदीप भा उन्हें ना सीटा नु पाया हुआ है भूत भूत पिछे लभन दिया गड्डी च भूत वाले मास वेखो मुंह जे बनाए ਅਸਲੀ ਹੁੰਦੇ ਹੈ ਨਾ
हाँ जी असी आ गया हुण कार ते टाइम हो गया है 2 बज गए ने ते असी किन्नी चिर आ गए ही ते फिर मैं कहा चलो व्लॉग दा एंड करने आ ते गगन भी आया तां गगन नाल मिलाने गगन इधर आ ते असी गेट खड़काया अगू गगन ने सरप्राइज देता गगन भाजी आए नी तां मिलाने गगन शीशा किन्ना गंदा होया ते नाले मेरी इंस्टाग्राम खप हरमोन प्लीज फॉलो करो इधर गगन जी जी आ देखो गगन आया गगन हाय कर मेरे ब्लॉग च इन्हें सरप्राइज दिता ते मेरी इंस्टाग्राम नू फॉलो कर लियो खप हरमोन मैं मतलब मेंशन कर देंगे मेंशन कर देंगे जी ते ये बोलना जी सारे सारे देखियो तो प्लीज मेरी आईडी नू फॉलो कर लियो खप हरमोन सारी वीडियो लाइक जरूर करियो हां जी थैंक यू ब्रो थैंक यू ते ए से साडा द ब्लॉग तां जदे लगा लाइक मी शेयर सब्सक्राइब जरूर सब्सक्राइब जरूर करियो बाय बाय जी सत श्री अकाल जी आदाब जी।